ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਵੋ, ਤੈਨੂੰ ਵਿੱਚ ਬਜ਼ੁਰਗੋ, ਆਓ ਅਸੀਂ ਖੁਦਾ ਦਾ ਧੰਨਵਾਦ ਕਰਦੇ ਹੋਏ ਖੁਦਾ ਦੇ ਇਸ ਮਹਾਨ ਪਿਆਰ ਨੂੰ ਮਨਾਉਂਦੇ ਹੋਏ ਖੁਦਾ ਦਾ ਧੰਨਵਾਦ ਕਰੀਏ ਬੀਤੇ ਸਮੇਂ ਦੇ ਲਈ। ਅੱਜ ਦੇ ਸ਼ੁਭ ਦਿਹਾੜੇ ਦੇ ਲਈ ਖੁਦਾ ਨੇ ਸਾਨੂੰ ਉਹਨੂੰ ਪਿਆਰ ਕਰਨ ਲਈ, ਉਹਦੀ ਸੇਵਾ ਕਰਨ ਲਈ, ਉਹਨੂੰ ਜਾਣਨ ਦੇ ਲਈ ਇਹ ਸ਼ੁਭ ਦਿਹਾੜਾ ਸਾਨੂੰ ਬਖਸ਼ਿਆ ਹੈ। ਆਓ ਅਸੀਂ ਇਸ ਮਹਾਨ ਵਰਦਾਨਾਂ ਦੇ ਲਈ ਖੁਦਾ ਦਾ ਧੰਨਵਾਦ ਕਰਦੇ ਹੋਏ ਅਸੀਂ ਖੁਦਾ ਦੇ ਸ਼ੁਕਰ ਅਦਾ ਕਰੀਏ, ਧੰਨਵਾਦ ਰਹੀਏ। ਅੱਜ ਤਮਾਮ ਕਲੀਸੀਆ ਸੈਂਟ ਫਰਾਂਸਿਸ ਆਫ ਅਸੀਸੀ ਦੀ ਈਦ ਮਨਾ ਰਹੀ ਹੈ, ਜੋ ਕਿ ਸਾਡੇ ਡਾਇਸਿਸ ਦੇ ਸਰਪ੍ਰਸਤ ਹਨ।
ਔਰ ਜਿਨ੍ਹਾਂ ਦੇ ਕਦਮਾਂ ਤੇ ਪੂਰੀ ਕਲੀਸਿਆ ਪੈਰੋਗਾਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਮਹਾਨ ਸੰਦ ਦਾ ਸਰਪ੍ਰਸਤ ਮੰਗਦੇ ਹੋਏ ਆਓ ਅਸੀਂ ਸਾਰੇ ਡਾਇਸਿਸ ਦੇ ਲਈ, ਤਮਾਮ ਮਿਸ਼ਨਰੀਆਂ ਦੇ ਲਈ ਜੋ ਕਿ ਸੰਤ ਫ੍ਰਾਂਸਿਸ ਆਫ ਅਸੀਸੀ ਦੇ ਜਮਾਤ ਦੇ ਵਿੱਚ ਹਨ, ਉਹਨਾਂ ਸਾਰਿਆਂ ਦੇ ਲਈ ਅਸੀਂ ਦੁਆ ਮੰਗੀਏ। ਨਾਲੇ ਆਪਣੇ ਡਾਇਸਿਸ ਦੇ ਲਈ ਕਿ ਸੰਤ ਫ੍ਰਾਂਸਿਸ ਆਫ ਅਸੀਸੀ ਦੇ ਵਾਂਗ ਖੁਦਾ ਨੂੰ ਪਿਆਰ ਕਰਨ ਦੇ ਲਈ, ਖੁਦਾ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ, ਖੁਦਾ ਦੇ ਪਿਆਰ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਵੀ ਕੋਸ਼ਿਸ਼ ਕਰੀਏ, ਯਤਨ ਕਰੀਏ ਤਾਂ ਕਿ ਸੰਤ ਫ੍ਰਾਂਸਿਸ ਆਫ ਅਸੀਸੀ ਦੇ ਜ਼ਰੀਏ ਅਸੀਂ ਖੁਦਾ ਬਾਪ ਦੀ ਮਹਿਮਾ, ਖੁਦਾ ਬਾਪ ਦੀ ਸੇਵਾ ਔਰ ਉਹਦੀ ਆਰਾਧਨਾ ਕਰ ਸਕਦੇ ਹਾਂ। ਆਓ ਅਸੀਂ ਥੋੜ੍ਹਾ ਸਮਾਂ ਚੁੱਪਚਾਪ ਰਹਿੰਦੇ ਹੋਏ ਕੀਤੀਆਂ ਗਲਤੀਆਂ ਸਾਰਿਆਂ ਲਈ ਖੁਦਾ ਕੋਲੋਂ ਮਾਫ਼ੀ ਮੰਗੀਏ ਤਾਂ ਕਿ ਅਸੀਂ ਪਵਿੱਤਰ ਹੋ ਕੇ ਪਾਕ ਮਸਤੇ ਕੁਰਬਾਨੀ ਸ਼ਰਧਾ ਨਾਲ ਚੜਾ ਸਕੀਏ। ਸਰਵਸ਼ਕਤੀਮਾਨ ਪੂਰੀ ਕੁਦਰਤ ਵਾਲਾ ਖੁਦਾ ਬਾਪ ਸਾਡੇ ਉੱਤੇ ਦਇਆ ਕਰੇ,
ਸਾਡੀਆਂ ਗਲਤੀਆਂ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਪ੍ਰਾਰਥਨਾ ਕਰੀਏ। ਹੇ ਖੁਦਾ ਸਾਡੇ ਬਾਪ, ਅਸੀਂ ਸਿੱਧੇ ਹਲੀਮ ਅਤੇ ਗਰੀਬੀ ਫਰਾਂਸਿਸ ਵਿੱਚ ਤੁਸੀਂ ਆਪਣੇ ਕਲੀਸਿਆ ਲਈ ਯੇਸੂ ਮਸੀਹ ਦੀ ਇੱਕ ਜ਼ਿੰਦਾ ਮਿਸਾਲ ਪੇਸ਼ ਕੀਤੀ ਹੈ।
ਸਾਨੂੰ ਵੀ ਇਹ ਬਖਸ਼ ਦੇ ਕਿ ਅਸੀਂ ਪਾਕ ਅੰਜੀਲ ਦੇ ਰਾਹ ਉੱਤੇ ਤੇਰੇ ਬੇਟੇ ਦੇ ਪੈਰ ਵੀ ਕਰੀਏ ਅਤੇ ਨੇਕੀ ਦੇ ਰਾਹ ਉੱਤੇ ਚੱਲ ਕੇ ਪਿਆਰ ਅਤੇ ਖੁਸ਼ੀ ਵਿੱਚ ਤੇਰੇ ਨਾਲ ਜੁੜ ਜਾਈਏ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜੀਵਨ ਦਾ ਤਰਾਸ ਕਰਦਾ ਹੈ ਸਦਾ ਤੋਂ ਸਦਾ ਤੀਕਰਨ ਆਮੀਨ ਪਾਠ ਪਹਿਲਾ ਸੰਤ ਅਜੂਬ ਦਾ ਗ੍ਰੰਥ ਉਹਦਾ 19 ਬਾਬ 21 ਤੋਂ 27 ਆਇਤ ਤੱਕ ਤੁਸੀਂ ਤਾਂ ਮੇਰੇ ਮਿੱਤਰ ਹੋ ਤੁਸੀਂ ਮੇਰੇ ਉੱਤੇ ਤਰਸ ਖਾਓ ਕਿਉਂਕਿ ਮੇਰੇ ਉੱਤੇ ਪਰਮੇਸ਼ਰ ਦੀ ਮਾਰ ਪਈ ਹੈ ਤੁਸੀਂ ਪਰਮੇਸ਼ਰ ਦੀ ਤਰ੍ਹਾਂ ਮੈਨੂੰ ਕਿਉਂ ਮਾਰ ਰਹੇ ਹੋ ਕੀ ਤੁਸੀਂ ਮੈਨੂੰ ਅੱਗੇ ਘੱਟ ਪੀੜ ਦਿੱਤੀ ਹੈ ਕਾਸ਼ ਕਿ ਮੇਰੇ ਸ਼ਬਦਾਂ ਨੂੰ ਕੋਈ ਯਾਦ ਰੱਖੇ ਅਤੇ ਇਹਨਾਂ ਨੂੰ ਪੁਸਤਕ ਵਿੱਚ ਲਿਖ ਦੇਵੇ ਇਹਨਾਂ ਨੂੰ ਲੋਹੇ ਦੀ ਕਲਮ ਨਾਲ ਚਟਾਨ ਦੇ ਵਿੱਚ ਹਮੇਸ਼ਾ ਦੇ ਲਈ ਉਕਰ ਦਿੱਤਾ ਜਾਵੇ ਮੈਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜਿਉਂਦਾ ਹੈ ਉਹ ਅੰਤ ਵਿੱਚ ਆ ਕੇ ਮੇਰਾ ਬਚਾਅ ਕਰੇਗਾ ਮੇਰੇ ਸਰੀਰ ਦੀ ਚਮੜੀ ਬੇਸ਼ੱਕ ਸੁੱਕ ਜਾਵੇ ਜੇਕਰ ਇਹ ਸਰੀਰ ਨਾ ਵੀ ਹੋਵੇ ਤਾਂ ਮੈਂ ਫਿਰ ਵੀ ਪਰਮੇਸ਼ਰ ਦੇ ਦਰਸ਼ਨ ਕਰਾਂਗਾ ਮੈਂ ਆਪ ਇਹਨਾਂ ਅੱਖਾਂ ਨਾਲ ਉਸ ਨੂੰ ਦੇਖਾਂਗਾ ਅਤੇ ਉਹ ਮੇਰੇ ਲਈ ਅਣਜਾਣ ਨਹੀਂ ਹੋਵੇਗਾ ਇਹ ਪ੍ਰਭੂ ਦੀ ਬਾਣੀ ਹੈ ਖੁਦਾ ਦਾ ਸ਼ੁਕਰ ਹੋਵੇ ਸੁਣੀ ਹੈ ਮੇਰੀ ਦੁਆ
ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਦਲੋਕਾ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਲੋਕਾਂ ਦਾ ਅੰਜੀਲ ਉਹਦਾ 10 ਬਾਬ 1 ਤੋਂ 11 ਤੱਕ। ਇਸ ਦੇ ਪਿੱਛੋਂ ਪ੍ਰਭੂ ਯੇਸ਼ੂ ਨੇ ਹੋਰ 72 ਆਤਮਿਆਂ ਨੂੰ ਚੁਣਿਆ, ਫਿਰ ਉਹਨਾਂ ਸਾਰਿਆਂ ਪਿੰਡਾਂ ਤੇ ਸ਼ਹਿਰਾਂ ਜਿੱਥੇ ਯੇਸ਼ੂ ਆਪ ਜਾਣ ਵਾਲੇ ਸਨ, ਉਹਨਾਂ 72 ਨੂੰ 2-2 ਕਰਕੇ ਆਪਣੇ ਅੱਗੇ ਖੱਲਿਆ। ਯੇਸ਼ੂ ਨੇ ਉਹਨਾਂ ਨੂੰ ਕਿਹਾ, ਫਜ਼ਲ ਤਾਂ ਬਹੁਤ ਹੈ ਪਰ ਵਾਢੀ ਕਰਨ ਵਾਲੇ ਕਾਮੇ ਬਹੁਤ ਥੋੜ੍ਹੇ ਹਨ। ਇਸ ਲਈ ਫਜ਼ਲ ਦੇ ਮਾਲਿਕ ਅੱਗੇ ਪ੍ਰਾਰਥਨਾ ਕਰੋ ਕਿ ਉਹ ਆਪਣੀ ਫਜ਼ਲ ਕੱਟਣ ਦੇ ਲਈ ਹੋਰ ਕਾਮੇ ਨੂੰ ਖੱਲੇ। ਜਾਓ, ਮੈਂ ਤੁਹਾਨੂੰ ਲੇਲਿਆਂ ਦੇ ਰੂਪ ਵਿੱਚ ਬਖਿਆੜਾਂ ਦੇ ਵਿੱਚ ਕੱਲ ਰਿਹਾ ਹਾਂ। ਆਪਣੇ ਨਾਲ ਬਟੂਆ, ਛੋਲੀ, ਜੁੱਤੀ ਆਦਿ ਨਾ ਲੈਣਾ। ਰਾਹ ਵਿੱਚ ਕਿਸੇ ਨੂੰ ਨਮਸਤੇ ਨਾ ਕਹਿਣਾ। ਜਦੋਂ ਤੁਸੀਂ ਕਿਸੇ ਘਰ ਜਾਵੋ ਤਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਹਿਣਾ, ਇਸ ਘਰ ਦੇ ਲੋਕਾਂ ਨੂੰ ਸ਼ਾਂਤੀ ਮਿਲੇ। ਜੇਕਰ ਉਸ ਘਰ ਵਿੱਚ ਸ਼ਾਂਤੀ ਦੇ ਚਾਹਣ ਵਾਲੇ ਲੋਕ ਰਹਿੰਦੇ ਹੋਣਗੇ ਤਾਂ ਤੁਹਾਡੀ ਸ਼ਾਂਤੀ ਦੀ ਆਸ਼ੀਸ਼ ਉਸ ਘਰ ਵਾਸਤੇ ਫਲਦਾਇਕ ਹੋਵੇਗੀ। ਪਰ ਜੇਕਰ ਉਸ ਘਰ ਵਿੱਚ ਸ਼ਾਂਤੀ ਦੇ ਚਾਹਣ ਵਾਲੇ ਨਹੀਂ ਹੋਣਗੇ ਤਾਂ ਤੁਹਾਡੀ ਆਸ਼ੀਸ਼ ਤੁਹਾਡੇ ਕੋਲ ਮੁੜ ਆਵੇਗੀ। ਉਸ ਘਰ ਵਿੱਚ ਠਹਿਰਨਾ, ਜੋ ਕੁਛ ਉਹ ਖਾਣ ਪੀਣ ਵਾਸਤੇ ਦੇਣ ਉਹੀ ਖਾਣਾ, ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਘਰ ਨਾ ਫਿਰਨਾ। ਜਦੋਂ ਤੁਸੀਂ ਕਿਸੇ ਨਗਰ ਵਿੱਚ ਜਾਵੋ ਅਤੇ ਉਸ ਨਗਰ ਦੇ ਲੋਕ ਤੁਹਾਡਾ ਸਵਾਗਤ ਕਰਨ, ਤਾਂ ਜੋ ਕੁਛ ਤੁਹਾਡੇ ਅੱਗੇ ਖਾਣ ਲਈ ਰੱਖਣ ਉਹੀ ਖਾਵੋ। ਉਸ ਨਗਰ ਦੇ ਬਿਮਾਰਾਂ ਨੂੰ ਠੀਕ ਕਰਨਾ, ਉੱਥੋਂ ਦੇ ਰਹਿਣ ਵਾਲਿਆਂ ਨੂੰ ਕਹਿਣਾ, ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਰਿਹਾ ਹੈ। ਪਰ ਜੇਕਰ ਤੁਸੀਂ ਕਿਸੇ ਨਗਰ ਵਿੱਚ ਜਾਵੋ ਅਤੇ ਉੱਥੇ ਦੇ ਲੋਕ ਹੀ ਤੁਹਾਡੇ ਸਵਾਗਤ ਨਾ ਕਰਨ, ਤਾਂ ਉਸ ਨਗਰ ਦੀਆਂ ਗਲੀਆਂ ਤੋਂ ਬਾਹਰ ਆ ਕੇ ਕਹਿਣਾ, ਤੁਹਾਡੇ ਨਗਰ ਦੇ ਕੱਟਾ ਵੀ ਜੋ ਸਾਡੇ ਪੈਰਾਂ ਨੂੰ ਲੱਗਿਆ ਹੈ ਅਸੀਂ ਤੁਹਾਡੇ ਸਾਹਮਣੇ ਛਾੜਦਾ ਹਾਂ। ਪਰ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਨਿਆਂ ਵਾਲੇ ਦਿਨ ਉਸ ਨਗਰ ਦੇ ਬਜਾਏ ਸਦੋਮ ਨਗਰ ਉੱਤੇ ਬਹੁਤ ਹੀ ਦਇਆ ਕਰੇਗਾ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਵੋ, ਭੈਣੋ ਤੇ ਬੱਚਿਓ, ਜਿਵੇਂ ਅੱਜ ਮਹਾਕਲੇਸੀਆ ਸਨ ਫ੍ਰਾਂਸਿਸ ਆਫ ਅਸੀਸੀ ਦੀ ਈਦ ਮਨਾ ਰਹੇ ਨੇ, ਅਸੀਂ ਨਾ ਸਾਰੇ ਵਚਨਾਂ ਦੇ ਵੱਲ ਧਿਆਨ ਦੇਈਏ ਜਿਨ੍ਹਾਂ ਦੇ ਜ਼ਰੀਏ ਪ੍ਰਭੂ ਅੱਜ ਸਾਨੂੰ ਸਾਰਿਆਂ ਨੂੰ ਉਹਦੇ ਪੈਰੋਕਾਰ ਕਰਨ ਦੇ ਲਈ ਪ੍ਰਭੂ ਯੇਸ਼ੂ ਦੇ ਨੇੜੇ ਹੋ ਕੇ ਪ੍ਰਭੂ ਦੇ ਚੇਲੇ ਬਣਨ ਦੇ ਲਈ, ਪ੍ਰਭੂ ਦੇ ਸ਼ਾਂਤੀ ਔਰ ਪਿਆਰ ਨੂੰ ਘਰਾਂ ਤੱਕ ਪਹੁੰਚਾਉਣ ਦੇ ਲਈ ਪ੍ਰਭੂ ਅੱਜ ਸਾਨੂੰ ਬੁਲਾਵਾ ਦੇ ਰਿਹਾ ਹੈ। ਸੰਤ ਲੂਕਾ ਦੇ ਅੰਜੀਲ ਦੇ ਜ਼ਰੀਏ ਪ੍ਰਭੂ ਯੇਸ਼ੂ ਅਸਾਂ ਸਾਰਿਆਂ ਨੂੰ ਪ੍ਰਭੂ ਦੇ ਬਾਣੀ ਨੂੰ ਸੁਣਾਉਣ ਵਿੱਚ, ਪ੍ਰਭੂ ਦੇ ਪਿਆਰ ਨੂੰ ਪਹੁੰਚਾਉਣ ਵਿੱਚ, ਕਿਵੇਂ ਪ੍ਰਭੂ ਦੇ ਅੰਜੀਲਗਾਰ ਬਣਨ ਵਿੱਚ ਸਾਡੀ ਕੋਸ਼ਿਸ਼ ਹੋਣੀ ਹੈ, ਸਾਡੀ ਜ਼ਿੰਮੇਵਾਰੀਆਂ ਹਨ, ਸਾਡੀਆਂ ਕਰਤਵਾਂ ਹਨ, ਅੱਜ ਸਾਨੂੰ ਪ੍ਰਭੂ ਨੇ ਲੂਕਾ ਦੇ ਅੰਜੀਲ ਦੇ ਰਾਹੀਂ ਸਾਨੂੰ ਯਾਦ ਦਿਲਾਇਆ ਹੈ। ਆਓ ਅਸੀਂ ਤਮਾਮ ਲੋਕਾਂ ਦੇ ਲਈ ਦੁਆ ਮੰਗੀਏ ਜਿਹੜੇ ਪ੍ਰਭੂ ਦੇ ਇਸ ਕਾਰਜ ਨੂੰ ਅੱਜ ਵੀ ਕਲੀਸਿਆ ਦੇ ਵਿੱਚ ਜਗ੍ਹਾ ਜਗ੍ਹਾ ਵਿੱਚ ਨਿਭਾ ਰਹੇ ਨੇ। ਵਚਨ ਦੱਸਦਾ ਹੈ ਜਿੱਥੇ ਪ੍ਰਭੂ ਆਪ ਜਾਣਾ ਚਾਹੁੰਦੇ ਸਨ ਉੱਥੇ ਪ੍ਰਭੂ ਨੇ ਆਪਣੇ ਚੇਲਿਆਂ ਨੂੰ 2-2 ਕਰਕੇ ਘੱਲਿਆ ਹੈ। ਇਹ ਕਾਰਜ 2018 ਸਾਲ ਤੋਂ ਬਾਅਦ ਵੀ ਪ੍ਰਭੂ ਜਗ੍ਹਾ ਜਗ੍ਹਾ 'ਤੇ ਪ੍ਰਭੂ ਦੇ ਪਿਆਰ ਨੂੰ, ਪ੍ਰਭੂ ਦੇ ਸ਼ਾਂਤੀ ਨੂੰ ਸਥਾਪਿਤ ਕਰਨ ਦੇ ਲਈ ਅੱਜ ਵੀ ਕੱਲ੍ਹਦੇ ਹਾਂ। ਫਿਰ ਵੀ ਪ੍ਰਭੂ ਸਾਡੇ ਤੋਂ ਇਹ ਉਮੀਦ ਰੱਖਦੇ ਹਾਂ ਉਸ ਫਜ਼ਲ ਦੇ ਮਾਲਿਕ ਦੇ ਅੱਗੇ ਪ੍ਰਾਰਥਨਾ ਕਰਨ ਦੇ ਲਈ, ਕਿਉਂਕਿ ਫਜ਼ਲ ਤਾਂ ਬਹੁਤ ਹੈ, ਵਾਢੀ ਕਰਨ ਵਾਲੇ ਥੋੜ੍ਹੇ ਹਨ। ਆਓ ਅਸੀਂ ਉਸ ਫਜ਼ਲ ਦੇ ਮਾਲਿਕ ਦੇ ਅੱਗੇ ਪ੍ਰਾਰਥਨਾ ਕਰੀਏ ਕਿ ਫਜ਼ਲ ਨੂੰ ਪਹੁੰਚਾਉਣ ਵਿੱਚ, ਫਜ਼ਲ ਦੇ ਉੱਨਤੀ ਦੇ ਵਿੱਚ, ਫਜ਼ਲ ਵਿੱਚ ਵਾਧਾ ਕਰਨ ਵਿੱਚ ਪ੍ਰਭੂ ਉਹਨਾਂ ਸਾਰੇ ਕੰਮਾਂ ਨੂੰ ਖੱਲੇ, ਤਾਂ ਕਿ 100 ਗੁਣਾ 60 ਗੁਣਾ ਫਲ ਪੈਦਾ ਕਰਨ ਵਾਲੇ ਬਣ ਜਾਣ, ਔਰ ਸੈਂਟ ਫ੍ਰਾਂਸਿਸ ਆਫ ਅਸੀਸੀ ਦੇ ਖਾਸ ਮਦਦ ਦੇ ਰਾਹੀਂ, ਸਿਫਾਰਿਸ਼ ਦੇ ਰਾਹੀਂ ਅਸੀਂ ਤਮਾਮ ਕਲੀਸਿਆ ਦੇ ਲਈ
ਸਾਡੇ ਡਾਇਸਿਸ ਦੇ ਲਈ ਦੁਆ ਮੰਗੀਏ ਕਿ ਸੰਤ ਫ੍ਰਾਂਸਿਸ ਆਫ ਅਸੀਸੀ ਉਹਦੇ ਵਾਂਗ ਰਹਿਣ ਦੇ ਲਈ, ਉਹਨਾਂ ਦੇ ਦੱਸੇ ਹੋਏ ਕਦਮਾਂ 'ਤੇ ਚੱਲਣ ਦੇ ਲਈ, ਗਰੀਬੀ ਨੂੰ ਅਪਣਾਉਂਦੇ ਹੋਏ ਪ੍ਰਭੂ ਦਾ ਵਚਨ ਸੁਣਾਉਣ ਦੇ ਲਈ, ਅਸੀਂ ਵੀ ਇਸ ਮਹਾਨ ਸ਼ਖਸੀਅਤ ਤੋਂ ਉਮੀਦ ਰੱਖੀਏ, ਪਿਆਰ ਪਾਈਏ, ਤਾਂ ਕਿ ਅਸੀਂ ਤਮਾਮ ਦੁਨੀਆਂ ਦੇ ਵਿੱਚ ਸੰਤ ਫ੍ਰਾਂਸਿਸ ਆਫ ਅਸੀਸੀ ਦੇ ਵਾਂਗ ਪ੍ਰਭੂ ਦੇ ਚੇਲੇ ਬਣ ਜਾਵਾਂ, ਔਰ ਦੂਜਿਆਂ ਦੇ ਲਈ ਸ਼ਾਂਤੀ ਦਾ, ਪਿਆਰ ਦਾ ਸਾਧਨ ਬਣ ਜਾਵਾਂ। ਸੰਤ ਫ੍ਰਾਂਸਿਸ ਆਫ ਅਸੀਸੀ ਨੇ ਆਪਣੇ ਪ੍ਰੇਅਰ ਫੋਰ ਵਰਲਡ ਦੇ ਲਈ ਕਲੀਸਿਆ ਦੇ ਸਾਹਮਣੇ, ਦੁਨੀਆਂ ਦੇ ਸਾਹਮਣੇ, ਦੁਨੀਆਂ ਦੇ ਵਿੱਚ ਸ਼ਾਂਤੀ ਫੈਲਾਉਣ ਵਿੱਚ ਪ੍ਰਾਰਥਨਾ ਕਰਨ ਲਈ ਸਾਨੂੰ ਸੱਦਾ ਦਿੰਦੇ ਹਾਂ। ਅਤੇ ਸੰਤ ਫ੍ਰਾਂਸਿਸ ਦਾ ਕਹਿਣਾ ਹੈ ਕਿ ਹੇ ਪ੍ਰਭੂ, ਮੈਨੂੰ ਸ਼ਾਂਤੀ ਦਾ ਸਾਧਨ ਬਣਾਓ। ਸਾਡੀ ਵੀ ਇਹੀ ਦੁਆ ਹੈ ਕਿ ਸੰਤ ਫ੍ਰਾਂਸਿਸ ਦੇ ਕਦਮਾਂ 'ਤੇ ਚੱਲਦੇ ਹੋਏ ਵੀ ਖੁਦਾ ਸਾਨੂੰ ਵੀ ਵਿਸ਼ਵ ਭਰ ਵਿੱਚ ਸ਼ਾਂਤੀ ਨੂੰ ਸਥਾਪਿਤ ਕਰਨ ਲਈ ਵੀ ਸਾਨੂੰ ਖੁਦਾ ਇਸਤੇਮਾਲ ਕਰੇ, ਸਾਧਨ ਬਣਾਵੇ, ਤਾਂ ਕਿ ਇਸ ਸਮਾਜ ਵਿੱਚ, ਆਪਣੇ ਪਰਿਵਾਰ ਦੇ ਵਿੱਚ, ਘਰ ਘਰ ਵਿੱਚ ਇਸ ਸ਼ਾਂਤੀ ਨੂੰ ਅਸੀਂ ਸਥਾਪਿਤ ਕਰਨ ਦੇ ਯੋਗ ਬਣ ਜਾਈਏ। ਆਓ ਅਸੀਂ ਮਿਲ ਕੇ ਅੱਜ ਦੇ ਇਸ ਪਾਕ ਮਸਤੇ ਕੁਰਬਾਨੀ ਦੇ ਵਿੱਚ ਸੰਤ ਫ੍ਰਾਂਸਿਸ ਆਫ ਅਸੀਸੀ ਦੇ ਜ਼ਰੀਏ ਖੁਦਾ ਬਾਪ ਦੀ ਅਸੀਂ ਪ੍ਰਾਰਥਨਾ ਕਰਾਂਗੇ, ਔਰ ਪ੍ਰਭੂ ਯਿਸੂ ਦੇ ਕੇ ਖਾਸ ਦੁਆ ਮੰਗੀਏ ਕਿ ਪ੍ਰਭੂ ਸਾਨੂੰ ਸਾਰਿਆਂ ਨੂੰ ਆਪਣੇ ਆਸੀਸਾਂ ਨਾਲ, ਵਜ਼ਨਾਂ ਨਾਲ ਮਾਲਾਮਾਲ ਕਰੇ। ਆਮੀਨ। ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾ ਸਾਡੇ ਪਾਪ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ, ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਦੇ ਲਈ, ਨਾਲੇ ਸਾਡੇ ਤੇ ਸਾਰੀ ਪਵਿੱਤਰ ਕਲੀਸਿਆ ਦੇ ਲਾਭ ਦੇ ਲਈ ਪ੍ਰਵਾਨ ਕਰੇ। हे ਪ੍ਰਭੂ ਖੁਦਾ, ਸਾਡੇ ਨਜ਼ਰਾਨੇ ਨੂੰ ਕਬੂਲ ਕਰ ਅਤੇ ਆਪਣੇ ਲੋਕਾਂ ਨੂੰ ਸਲੀਬ ਦੇ ਪੇਦਾਂ ਨੂੰ ਮਨਾਉਣ ਲਈ ਤਿਆਰ ਕਰ, ਜਿਸ ਨੇ ਸੰਤ ਫ੍ਰਾਂਸਿਸ ਦੇ ਰੂਹ ਅਤੇ ਬਦਨ ਵਿੱਚ ਨਿਸ਼ਾਨ ਲਾਏ ਸੀ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੇਨ।
ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਵੋ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਜਗਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ। ਮੁਕਤੀ ਪਾਵਨ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੂੰ ਹਰ ਯੁੱਗ ਵਿੱਚ ਕਲੀਸਿਆਂ ਨੂੰ ਨਵੀਂ ਤਾਜ਼ਗੀ ਦੇਣ ਲਈ ਉਹਨਾਂ ਆਤਮਿਆਂ ਅਤੇ ਅਵਰਤਾਂ ਨੂੰ ਚੁਣ ਲੈਂਦਾ ਹੈ ਜੋ ਪਵਿੱਤਰਤਾ ਵਿੱਚ ਅਵਲ ਹਨ ਅਤੇ ਤੇਰੇ ਨਾਂ ਬਦਲਣ ਵਾਲੇ ਪਿਆਰ ਦੇ ਜਿਉਂਦੇ ਗਵਾਹ ਹਨ। ਉਹ ਆਪਣੀ ਅਸੂਲੀ ਜ਼ਿੰਦਗੀ ਰਾਹੀਂ ਸਾਨੂੰ ਪ੍ਰੇਰਣਾ ਦਿੰਦੇ ਹਨ ਅਤੇ ਆਪਣੀ ਲਗਾਤਾਰ ਸਿਫਾਰਿਸ਼ ਦੀ ਪ੍ਰਾਰਥਨਾ ਨਾਲ ਸਾਡੀ ਮਦਦ ਕਰਦੇ ਹਨ ਤਾਂ ਜੋ ਅਸੀਂ ਤੇਰੇ ਬਚਾਉਣ ਵਾਲੀ ਤਾਕਤ ਦਾ ਜ਼ਿੰਦਾ ਨਿਸ਼ਾਨ ਬਣ ਜਾਈਏ। ਇਸ ਲਈ ਆਓ ਹੁਣ ਅਸੀਂ ਸਾਰੇ ਫਰਿਸ਼ਤਿਆਂ ਅਤੇ ਸੰਦਾਂ ਸੰਧਿਆਂ ਸਣੇ ਤੇਰੀ ਵਡਿਆਈ ਦੇ ਗੀਤ ਗਾਉਂਦੇ ਹੋਏ ਇਹ ਪੁਕਾਰਦੇ ਹਾਂ। ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੁਸੀਂ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਜਿਸ ਦੇ ਹੁਕਮ ਨਾਲ ਅਸੀਂ ਨਪੇਦਾ ਨੂੰ ਮਨਾਉਂਦੇ ਹਾਂ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦੀਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ
ਕਹਿੰਦੇ ਹੋਏ ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦੀ ਆ, ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰਾ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਜਦੋਂ ਅਸੀਂ ਰੋਟੀ ਖਾਂਦੇ ਹਾਂ ਅਤੇ ਇਸ ਪਿਆਲੇ ਚੋਂ ਪੀਂਦੇ ਹਾਂ, ਐ ਪ੍ਰਭੂ ਅਸੀਂ ਤੇਰੀ ਮੌਤ ਗਿਲਾਨੀ ਕਰਦੇ ਹਾਂ, ਜਦ ਤੱਕ ਫਿਰ ਤੂੰ ਆਵੇਗਾ, ਜਦ ਤੱਕ ਫਿਰ ਹੇ ਪ੍ਰਭੂ, ਅਸੀਂ ਇਸ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਆਧਿਕਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਏ ਕਿ ਅਸੀਂ ਤੇਰੇ ਹਜ਼ੂਰ ਵਿੱਚ ਦਾਖਿਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਣੇ ਰਹੀਏ। ਹੇ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ ਜੀ ਨੂੰ, ਸਾਡੇ ਬਿਸ਼ਪ ਫਰਾਂਕ ਮਲਕਲ ਜੀ ਨੂੰ ਅਤੇ ਸਾਰੇ ਪ੍ਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਪਿੰਡ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੇ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੁਸੀਂ ਆਪਣੇ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੇ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰੇ ਉੱਤੇ ਦਇਆ ਕਰ ਤਾਂ ਜੋ ਧੰਨ ਕੁਵਾਰੀ ਮਰੀਮ ਖੁਦਾ ਦੇ ਮਾਂ ਦੇ ਨਾਲ, ਉਸੇ ਕੁਵਾਰੀ ਦੇ ਮੁਬਾਰਕ ਵਰਸਨ ਯੂਸਫ ਦੇ ਨਾਲ, ਸੰਤ ਫ੍ਰਾਂਸਿਸ ਆਫ ਅਸੀਸੀ ਦੇ ਨਾਲ, ਧੰਨ ਰਸੂਲਾਂ ਅਤੇ ਸਾਰੇ ਸੰਤਾਂ ਦੇ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਕੁਛ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕੇਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਇਸ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਹੇ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀ ਕਰ, ਆਮੀਨ। ਮਿਲ ਕੇ ਖੁਦਾ ਦੇ ਰਾਜ ਸਾਡੇ ਦਿਲਾਂ ਵਿੱਚ ਆਉਣ ਲਈ ਪ੍ਰਾਰਥਨਾ ਕਰੀਏ, ਜਿਸ ਤਰ੍ਹਾਂ ਪ੍ਰਭੂ ਨੇ ਸਾਨੂੰ ਸਿਖਾਇਆ ਹੈ। ਇਹ ਸਾਡੇ ਬਾਪ ਜਿਹੜਾ ਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ, ਸਾਡੇ ਰੋਜ਼ ਦੀ ਰੋਟੀ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਾਂ ਨੂੰ ਮਾਫ ਕਰਦੇ ਹਾਂ, ਆਪਣੇ ਰਹਿਮ ਨਾਲ ਸਾਡੇ ਸਮੇਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ, ਹਰ ਮੁਸੀਬਤਾਂ ਤੋਂ ਸੁਰੱਖਿਅਤ ਰਹੀਏ, ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤਾ ਦੇ
ਆਵਡਿਉਣੀਕ ਕਰਦੇ ਹਾਂ ਕਿਉਂਕਿ ਰਾਜ ਕੁਦਰਤ ਤੇ ਪ੍ਰਤਾਪ ਜੁਗੋ ਜੁਗ ਤੇਰਾ ਹੀ ਹੈ ਏ ਪ੍ਰਭੂ ਯੇਸੂ ਮਸੀਹਾ ਤੁਸੀਂ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ ਤੁਸੀਂ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸੇ ਦੀ ਮਾਂ ਨੂੰ ਵੀ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ ਤੂੰ ਜੋ ਜੂੰ ਦਾ ਤਰਾਸ ਕਰਦਾ ਹੈ ਸਦਾ ਤੂੰ ਸਦਾ ਦੀ ਕਰ ਆਮੀਨ ਪ੍ਰਭੂ ਯੇਸੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਆਓ ਅਸੀਂ ਆਪ ਵਿੱਚ ਸ਼ਾਂਤੀ ਦਾ ਸਲਾਮ ਦੇਈਏ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ ਧੰਨ ਹਨ ਉਹ ਜਿਹੜੇ ਲੇਲੇ ਦੇ ਪੋਜ ਲਈ ਸੱਦੇ ਗਏ ਹਨ ਹਾਏ ਪ੍ਰਭੂ ਮੈਂ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛਾਤ ਥੱਲੇ ਆਵੇਂ ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇ ਸਾਡੇ ਖੁਦਾ ਬਾਪ ਆਪਣੇ ਅਲਤਾਰ ਤੋਂ ਤੁਸੀਂ ਸਾਨੂੰ ਰਜਾਉਂਦਾ ਹੈ ਬਖਸ਼ ਦੇ ਕਿ ਅਸੀਂ ਆਪਣੇ ਅੰਦਰ ਤੇਰੇ ਪਿਆਰ ਦੀ ਜ਼ਿੰਦਾ ਅੱਗ ਨੂੰ ਮਹਿਸੂਸ ਕਰੀਏ ਅਤੇ ਸਨ ਫਰਾਂਸਿਸ ਦੇ ਪਿਆਰ ਅਤੇ ਰਜ਼ੂਲੀ ਜੋਸ਼ ਦੇ ਨਮੂਨੇ ਨੂੰ ਅਪਣਾ ਕੇ ਅਸੀਂ ਆਪਣੇ ਭੈਣ ਭਰਾਵਾਂ ਦੀ ਸੇਵਾ ਲਈ ਸਮਰਪਣ ਕਰ ਦੇਈਏ ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀਂ ਆਮੇਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਸਰਵ ਸ਼ਕਤੀਮਾਨ ਪੂਰੀ ਕੁਦਰਤ ਵਾਲਾ ਖੁਦਾ ਬਾਪ ਬੇਟਾ ਤੇ ਰੂਪਾ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਪ੍ਰਦਾਨ ਕਰੇ ਆਮੇਨ ਪਾਕ ਵਾਸਤੇ ਕੁਰਬਾਨੀ ਅਰਪਣ ਕੀਤੀ ਗਈ ਮਸੀਹ ਦੇ ਪਿਆਰ ਅਤੇ ਸ਼ਾਂਤੀ ਵਿੱਚ ਜਾਈਏ ਖੁਦਾ ਦਾ ਸ਼ੁਕਰ ਹੋਵੇ ਦੁਆ ਯਾਦ ਕਰਨ ਤੇਰੀ ਸਫਾਰਿਸ਼ ਹੁੰਦਿਆਂ ਤੇਰੇ ਤੋਂ ਖਾਲੀ ਗਿਆ ਹੋਵੇ ਮੇਰੀ ਮਾਂ ਸਾਡੇ ਲਈ ਦੁਆ ਕਰ